ਬਹੁਤ ਸਤਿਕਾਰ ਜੁਗ ਪਿੰਡ ਰਤਪ੍ਰੀਆ ਜੀ ਚੇਤਾ ਉੱਤੇ ਪੁੱਜਿਆ ਹੋਇਆ ਹੈ, ਸਮੁੱਚੀ ਟੀਮ ਜਿਹੜੀ ਪੁੱਜੀ ਹੋਈ ਹੈ, ਤੇ ਨਾਲ ਹੀ ਨੋਟ ਕਰੇ ਜਿਹੜੀ ਤਰੀਕ 12 ਹੋਏਗੀ ਰਤਪੁਰ ਦੇ ਦਿਨ ਦੀ, ਸਿਰਫ 31 ਕੁਸ਼ਤੀਆਂ ਕਰਵਾਈ ਜਾਣੀਆਂ ਹੈ। ਵੱਡੀਆਂ ਕੁਸ਼ਤੀਆਂ ਦੇ ਵਿੱਚ ਕਮਲਜੀਤ ਡੂਬ ਛੜੀ ਤੇ ਗਨੀ ਪਹਿਲਵਾਨ ਲੱਗਿਆਂ ਦੀ ਕੁਸ਼ਤੀ ਬਣੀ ਹੋਈ ਹੈ। ਇਸੇ ਤਰ੍ਹਾਂ ਪ੍ਰਦੀਪ ਚੀਕਾ ਜਿਹੜਾ ਸੁਨੀਲ ਚੀਰਕਪੁਰੀਆ ਦੇ ਨਾਲ ਪੜੇਗਾ, ਹਿੰਦੁਸਤਾਨ ਦੇ ਨਾਮੀ ਪਹਿਲਵਾਨ, ਸਿਰਫ 31 ਕੁਸ਼ਤੀਆਂ ਸਦਾ ਪੱਤਰ ਵਾਲੇ ਪਹਿਲਵਾਨ ਲੱਗਿਆਂ ਹੋਣੀ ਹੈ। ਤਰੀਕ ਹੈ 12 ਮਾਰਚ ਰਤਪੁਰ ਨੇੜੇ ਪੰਜਾਬ ਦੇ ਦੰਗਲੀ, ਨੋਟ ਕਰਿਓ। ਇਸੇ ਤਰ੍ਹਾਂ ਅਗਲੀ ਕੁਸ਼ਤੀ ਜਤਿੰਦਰ ਫਗਵਾੜਾ ਸਮਨ ਬਾਬਾ ਫਲਾਈ, ਇਹ ਪਹਿਲਵਾਨ ਜਿਹੜੇ ਤਿਆਰ ਬਤਿਆ ਰਹਿਣਗੇ। 19 ਤਰੀਕ ਸਵਰਗੀ ਰਣਧੀਰ ਸਿੰਘ ਧੀਰਾ ਯਾਦਗਾਰੀ ਦੰਗਲ ਹੋਣਾ ਹੈ ਮੋਹਾਲੀ 8 ਫੇਸ ਦੇ ਗੁਰਦੁਆਰੇ ਦੇ ਸਾਹਮਣੇ, ਨੋਟ ਕਰਿਓ। ਜਿੱਥੇ ਕਮਲਜੀਤ ਡੂਮਛੜੀ ਤੇ ਜਸੇ ਪੱਟੀ ਦੀ ਕੁਸ਼ਤੀ ਬਣੀ ਹੋਈ ਹੈ, ਹੋਰ ਵੀ ਚੋਟੀ ਦੀਆਂ ਕੁਸ਼ਤੀਆਂ ਹੋਣੀਆਂ ਸਦਾ ਪੱਤਰ ਵਾਲੇ ਪਹਿਲਵਾਨਾਂ ਨੇ ਕੁਸ਼ਤੀਆਂ ਹੋਣਗੀਆਂ। ਪਰ ਉਸ ਤੋਂ ਬਾਅਦ ਜਿਹੜੀ ਤਰੀਕ ਹੋਏਗੀ, ਸੰਜੂ ਪਲੀਜ਼, ਸੰਜੂ ਜੇ ਵਾਸ ਹੋ ਗਿਆ ਪਲੀਜ਼ ਇੱਕ ਵਾਰ ਜ਼ਰੂਰ ਇੱਕ ਵਾਰ ਦੱਸ ਦਿਓ ਸੰਜੂ, ਤਰੀਕ ਫਾਈਨਲੀ ਕਰ ਦਿਓ ਜਿਹੜੀ ਵੀ ਹੋਏਗੀ, ਕੋਈ ਗੱਲ ਨਹੀਂ। ਬਾਬੂ ਰਾਜੇ ਸਾਹਿਬ ਹੋਰ ਅੰਗਰੇਜ਼ ਸਟੇਜ ਤੇ ਆ ਜਾਣ। 27 ਤਰੀਕ ਲੇਡੀ ਦੇ ਦੰਗਲ ਦੀ ਹੋਏਗੀ, ਜਿੱਥੇ ਕਮਲਜੀਤ ਡੂਮਛੜੀ ਮੌਸਮ ਖੱਤਰੀ ਦੀ ਜਿਹੜੀ ਕੁਸ਼ਤੀ ਬਣੀ ਗਈ ਹੈ, ਦੂਜੀ ਕੁਸ਼ਤੀ ਜਿਹੜੀ ਬਣਨੀ ਬਾਕੀ ਹੈ, ਨੋਟ ਕਰਿਓ। ਕਮਲਜੀਤ ਡੂਮਛੜੀ ਉਹਦੇ ਨਾਲ ਪਹਿਲਵਾਨ ਕੋਲੇਗਾ ਮੌਸਮ ਖੱਤਰੀ ਦਿੱਲੀ ਵਾਲਾ 27 ਤਰੀਕ ਨੂੰ ਲਲਹੇੜੀ ਦੇ ਵਿੱਚ, 28 ਤਰੀਕ ਨੂੰ ਬਰਵਾਲੀ ਦਾ ਦੰਗਲ ਹੋਏਗਾ। 2 ਮੋਟਰਸਾਈਕਲ ਇਨਾਮ ਦੇ ਵਿੱਚ ਹੋਣਗੇ, ਉਹ ਵੀ ਨੋਟ ਕਰਦੇ ਜਾਇਓ। ਪਰ ਛੋਟੇ ਹਾਥੀ ਵਾਲਿਆਂ ਦਾ ਦੰਗਲ 22 ਜਾਂ 29 ਮਾਰਚ ਦਾ ਹੋਏਗਾ। ਤਰੀਕ ਜਿਹੜੀ ਅੱਜ ਹੀ ਫਾਈਨਲ ਕਰ ਦਿੰਦੇ ਵੀ ਕਿੰਨੀ ਹੋਏਗੀ। ਉਧਰ ਓਮ ਪ੍ਰਕਾਸ਼ ਟਰਾਂਸਪੋਰਟਰ ਚੰਡੀਗੜ੍ਹ ਆਫਿਸ ਚੇਚੇ ਤੌਰ ਤੇ ਪੁੱਜਿਆ ਹੋਇਆ, ਉਹਨੂੰ ਵੀ ਨਿੱਕੀ ਜੀਆਂ ਨੂੰ ਆਖਦੇ ਹੈ। ਪਰ ਉਧਰ ਵੇਖੋ ਇੱਕ ਵਾਰ ਤਾੜੀਆਂ ਲਾ ਦਿਓ, ਕਹਿੰਦੇ ਕੁਸ਼ਤੀ ਬੜੀ ਪਿਆਰੀ ਹੈ। ਇੱਕ ਪਾਸੇ ਗੌਰੀ ਬੂਰਾ ਵੜਦਾ, ਕਹਿੰਦੇ ਹਿਮਾਚਲ ਦੀ ਸ਼ਾਨ ਹੈ। ਦੂਜੇ ਪਾਸੇ ਇਹ ਆ ਪਹਿਲਵਾਨ ਚੌਂਕੇ ਵਾਲਾ ਸੁਖ, ਚੱਲਦੀ ਹੋਈ ਕੁਸ਼ਤੀ ਮੈਦਾਨ ਚ ਤੁਹਾਡੇ ਸਾਹਮਣੇ। ਬਹੁਤ ਹੀ ਸਤਿਕਾਰਯੋਗ ਗੱਲਕਾਸ ਜੀ, ਪੰਜ ਨਾਟੇ ਵਾਲੇ ਉਚੇਚੇ ਤੌਰ ਤੇ ਪੁੱਜੇ ਨੇ, ਜਿਹਨਾਂ ਵੱਲੋਂ 1000 ਰੁਪਏ ਦੇ ਵੱਡੇ ਸਹਿਯੋਗ ਨੇ, ਬਹੁਤ ਬਹੁਤ ਧੰਨਵਾਦ। ਗੱਲਕਾਸ ਜੀ ਪੰਜ ਨਾਡਾ ਉਚੇਚੇ ਤੌਰ ਤੇ ਪੁੱਜੇ ਨੇ, 1000 ਦੇ ਵੱਡੇ ਸਹਿਯੋਗ ਨੇ। ਅਗਲੀ ਕੁਸ਼ਤੀ ਜਤਿੰਦਰ ਤੇ ਸਮਨ ਬਾਬਾ ਫਲਾਈ ਵਿੱਚ ਆ ਗਈ, ਜਤਿੰਦਰ ਤੇ ਸਮਨ ਸਵਾਗਤ।
ਕਹਿੰਦੇ ਵਾਕ ਸ਼ਾਨ ਹੈ ਸਲਾਕੇ ਦੀ ਆਵੀ ਗਲੀ ਵਿੱਚ ਅਖਾੜੇ ਸਲਾਮੀ ਦੇ ਇਹ ਗਲੀ ਪਹਿਲਵਾਨ ਇੱਕ ਬਰਤਾਨੀਆ ਲਾ ਦਿਓ ਆਵੀ ਪਹਿਲਵਾਨ ਮੋਨੂ ਕੰਗਰਸ ਹੈ ਮੋਨੂ ਰਿਕਿਆ ਦੇ ਖੜੇ ਨੂੰ ਸਲਾਮੀ ਇਹ ਰੀਤਾ ਪਹਿਲਵਾਨ ਦਾ ਗਰਸਰ ਹੈ ਨਾਲ ਹੀ ਮੋਨੂ ਤਾੜੀਆਂ ਲਾ ਦਿਓ ਆਵੀ ਪਹਿਲਵਾਨ ਪ੍ਰਦੀਪ ਚੀਕਾ ਖੜਾ ਦਾ ਗਰਸਰ ਹੈ ਇੱਕ ਵਾਰ ਵਿੱਚ ਆ ਕੇ ਸਲਾਮੀ ਦੇ ਪਤਾ ਲੱਗੇ ਕੌਣ ਹੈ ਪ੍ਰਦੀਪ ਇੱਕ ਵਾਰ ਤਾੜੀਆਂ ਲਾ ਦੇ ਗਲੇ ਇਹ ਹੈ ਪ੍ਰਦੀਪ ਚੀਕਾ ਖੜਾ ਦਾ ਗਰਸਰ ਹੈ ਕਹਿੰਦੇ ਹਿੰਦੁਸਤਾਨ ਦੇ ਮਾਣ ਮੈਦਾਨ ਦੇ ਵਿੱਚ ਔਦਰ ਸੰਜੂ ਮੁਬਾਰਕਾਂ ਤੈਨੂੰ ਕਹਿੰਦੇ 29 ਤਰੀਕ ਜਿਹੜੀ ਮਾਰਚ ਮਹੀਨੇ ਦੀ ਫਾਈਨਲ ਕਰ ਦਿੱਤੀ ਹੈ ਤੇ ਕੁਸ਼ਤੀ ਵੀ ਕਹਿੰਦੇ ਰਕੇਸ਼ ਪਾਰਨ ਜੀ ਨੂੰ ਖਲੀ ਆਖਦੇ ਆ ਤੇ ਗਲੀ ਪਹਿਲਵਾਨ ਲੱਲੀਆਂ ਦੇ ਦਰਮਿਆਨ ਹੋਏਗੀ ਇੱਕ ਵਾਰ ਤਾੜੀ ਲਾ ਦੋ ਛੋਟੇ ਹਾਥੀ ਵਾਲਿਆਂ ਦੇ ਨਾਂ ਤੇ ਕਹਿੰਦੇ ਪਹਿਲੀ ਕੁਸ਼ਤੀ ਚੋਟੀ ਦੀ ਬਣ ਦਿੱਤੀ ਹੈ ਸੰਜੂ ਸਿੰਘ ਮੁਬਾਰਕਾਂ ਤੈਨੂੰ ਕਹਿੰਦੇ ਕੁਸ਼ਤੀ ਦਾ ਵਾਕਿਆ ਸਵਾਦ ਆ ਜਾਣਾ ਕਿਉਂਕਿ ਪਸੰਦ ਕਹਿੰਦੇ ਦੁਨੀਆ ਜਿਹੜੀ ਖਲੀ ਨੂੰ ਵੀ ਕਰਦੀ ਹੈ ਨਾਲੇ ਕਹਿੰਦੇ ਗਨੀ ਨੂੰ ਵੀ ਕਰਦੀ ਹੈ ਇਹ ਨਵੀਆਂ ਨਵੀਆਂ ਕੁਸ਼ਤੀਆਂ ਇਸ ਇਲਾਕੇ ਦੇ ਵਿੱਚ ਵਾਕਿਆ ਚੋਟੀ ਦੀਆਂ ਕੁਸ਼ਤੀਆਂ ਹੁੰਦੀਆਂ ਉੱਧਰ ਅਗਲੀ ਕੁਸ਼ਤੀ ਗੁਰਜੰਟ ਬਾਬਾ ਫਲਾਈ ਹਰਸ਼ ਕਾਈ ਨਾਲ ਜਿਹੜੇ ਤਿਆਰ ਬਚਾ ਰਹਿਣਗੇ ਮਹੀਨਾ ਇਹ ਤਰੀਕਾ ਨੋਟ ਕਰਦੇ ਆਇਓ
24 मई की जी तरीक है गनी जसे पट्टी की कुश्ती जी फाइनल हो गई है सोनू के नाल जी कुश्ती बननी बाकी है इस तरह अपनी जम्मू भी चेचे तौर पर पुजेगा अगली कुश्ती तस्वीर चीड़ा जसवीर हाजिर कर जसवीर चीड़ा साबा रालू माजरा उधर मैं जरूर थोड़े सांझ पावांगा आनंदपुर साहब स्पोर्ट्स क्लब चुके जिन्हों वालों हर साल चैंपियनशिप करवाई जाती है जिले वार के मैच होंगे ने कबड्डी के पंजाब स्टाइल जिले के टीम खेल दिया उत्थे कुश्तियां की जी चैंपियनशिप होती है पंजाब केसरी भारत केसरी दो टाइटल होते हैं भारत केसरी टाइटल के अज साबा कोहाली फर्स्ट है सोनी चहोड़ा सैकंड हरकेश खली मारन वाला तीजी पोजिशन से आरूपल पहलवान चौथी पोजिशन से है सैमीफाइनल सोनी सिहोड़े ने आरूपल पहलवान पॉइंटा के आधार से हराया जबकि साबे ने खली नू हराया नोट करे चौथी पोजिशन रूपल तीजी खली दूजी सोनी सिहोड़ा पहली पोजिशन साहिब सिंह साबा कोहाली वाला इस तरह बात सत्कार जो साढ़े परमजीत सिंह जी पमी मैंबर जिला परिषद चेचे तौर पर पुजे ने स्वागत समुची टीम जी चेचे तौर पर पुजी है परमजीत पम्मी जी होर का भरवा स्वागत है पाल जी होर का इस तरह अशोक जी होर का भरवा स्वागत करते हैं पर तीजी कुश्ती गर्जंत चौथ पहलवान मैदान आ जान गुरजंट चौंपा टीकू पहलवान रोहतक जल्दी तो जल्दी मैदान आ जान हर्ष बागवानिया अभिषेक मुल्ला पर अगली कुश्ती लिए पहलवान तैयार कर रहे हो हर्ष बागवानिया अभिषेक मुल्ला पर अगली कुश्ती लिए तैयार पर तैयार रहेंगे भाई टीकू करा रोक दिया रोकवान टीकू पहलवान जल्दी तो जल्दी मैदान आ जाए टीकू रोहतक भाई टीकू है कोई रोहतक वाला आ भी हर्ष बागवानिया अभिषेक मुल्ला पर यह पहलवान अगली कुश्ती लिए मैदान आ जाए पहलवान मुल्ला पर गरीब का यह पहलवान अगली कुश्ती शुरू कर लिया